ਸ਼ਸ਼ੀਕਾਲ ਦੋਸਤੋ ਅੱਜ ਅਸੀਂ ਪਹੁੰਚੇ ਆ ਜਗਤ ਜੋਤੀ ਪਬਲਿਕ ਸਕੂਲ ਸ਼ਮਾਨ ਸ਼ੇਰ ਦਸੂਆ ਦੇ ਵਿੱਚ ਜਿੱਥੇ ਕਿ ਤੀਆਂ ਦਾ ਤਿਉਹਾਰ ਮਨਾਇਆ ਗਿਆ ਆ ਇੱਥੇ ਆ ਕੇ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਆ ਅਸੀਂ ਜਾਣਦੇ ਆ ਕਿ ਸਾਡੀ ਸੰਸਕ੍ਰਿਤੀ ਦਿਨੋ ਦਿਨ ਅਲੋਪ ਹੋਈ ਜਾ ਰਹੀ ਆ ਦੇਖਣ ਨੂੰ ਮਿਲਦਾ ਇਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਆ ਕਈ ਸਕੂਲਾਂ ਕਈ ਕਾਲਜਾਂ ਵਿੱਚ ਲੋਕ ਸੰਸਕ੍ਰਿਤੀ ਨੂੰ ਬਿਲਕੁਲ ਭੁੱਲ ਚੁੱਕੇ ਆ ਪਰ ਅੱਜ ਅਸੀਂ ਇੱਥੇ ਛੋਟੇ ਛੋਟੇ ਬੱਚਿਆਂ ਨੂੰ ਵੀ ਦੇਖਿਆ ਇੱਕ ਵੱਖਰਾ ਜੋਸ਼ ਦੇਖਿਆ इस दे प्रिंसिपल का भी असं तह दिलों धन्यवाद करते कि जिन्होंने इन्ने वधिया बच्चों नूं ट्रेन किया आ तुसीं सारिया ने तीआं दा त्योहार वेख्या आ ते आओ असीं बच्चों नाल गलबात करते हैं तो इन्हां नूं पुछदे हैं कि इन्हां नूं किद्दां दा लगा ते की फील कर रहे हैं। हाँ जी जिहड़ा अज तीआं दा त्योहार मनाया गया इहदे विच तुसीं फंक्शन किया किद्दां दा लग रहा है? सानूं बहुत वधिया लग रहा है, सानूं बहुत टीचरां ने बहुत वधिया सिखाया सानूं ते तीआं दा त्योहार बहुत वधिया। ਕਿੰਨਾ ਕਿ ਇੰਜੋਏ ਕੀਤਾ ਤੁਸੀਂ ਤੀਆਂ ਦੇ ਤਿਹਾਰ ਨੂੰ? ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਤੀਆਂ ਦੇ ਤਿਹਾਰ ਨੂੰ। ਅੱਜ ਫੰਕਸ਼ਨ ਇੰਨਾ ਵਧੀਆ ਹੋਇਆ ਸਾਡੇ ਸਕੂਲੇ, ਬਹੁਤ ਇੰਜੋਇਮੈਂਟ ਹੋ ਰਹੀ ਸੀ। ਹਾਂਜੀ ਬੇਟਾ ਕਿੱਦਾਂ ਦਾ ਲੱਗ ਰਿਹਾ ਹੈ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ। ਤਾਂ ਸਾਡੇ ਪ੍ਰਿੰਸੀਪਲ ਮੈਮ ਨੇ ਸਪੀਚ ਦਿੱਤੀ ਹੈ ਕਿ ਬੱਚੇ ਬਹੁਤ ਵਧੀਆ ਤਿਆਰ ਹੋ ਕੇ ਆਏ ਨੇ, ਪੰਜਾਬੀ ਲੁੱਕ 'ਚ ਪੂਰਾ ਆਪਾਂ ਕੀਤਾ ਆਪਣਾ ਕਲਚਰ। ਭੰਗੜੇ ਨੂੰ ਕਿੰਨਾ ਕੁ ਇੰਜੋਏ ਕੀਤਾ ਤੁਸੀਂ? ਭੰਗੜੇ ਨੂੰ ਵੀ ਬਹੁਤ ਇੰਜੋਏ ਕੀਤਾ ਹੈ। ਹਾਂ ਜਿਹੜੇ ਛੋਟੇ ਬੱਚਿਆਂ ਦੇ ਪ੍ਰੋਗਰਾਮ ਜਿਹੜੇ ਤੁਸੀਂ ਕੀਤੇ ਕਿੱਦਾਂ ਦਾ ਰਿਹਾ, ਕਿੱਦਾਂ ਦਾ ਐਕਸਪੀਰੀਅੰਸ? ਬਹੁਤ ਵਧੀਆ ਰਿਹਾ ਐਕਸਪੀਰੀਅੰਸ ਸਾਡਾ ਤੇ ਅਗਲੀ ਵਾਰ ਵੀ ਇਦਾਂ ਹੀ ਹੁਣ ਹੋਏਗੇ ਫੰਕਸ਼ਨ ਸਾਡੇ ਸਕੂਲ ਵਿੱਚ। ਆਇਆ ਗਿਆ ਤੁਸੀਂ ਇਹ ਤੀਆਂ ਦਾ ਤਿਉਹਾਰ ਮਨਾਇਆ, ਕਿੰਨਾ ਕੁ ਇੰਜੋਏ ਕੀਤਾ ਇਸ? ਬਹੁਤ ਇੰਜੋਏ ਕੀਤਾ ਸਨ, ਹਰਪ੍ਰੀਤ ਮੈਮ ਨੇ ਬਹੁਤ ਸੋਹਣਾ ਗਿੱਧਾ ਕਰਵਾਇਆ। ਫਿਰ ਹਰਪ੍ਰੀਤ ਮੈਮ ਨੂੰ ਕੀ ਕਹਿਣਾ ਚਾਹੋਗੇ? ਥੈਂਕ ਯੂ ਇੰਨੀ ਸੋਹਣੀ ਪਰਫਾਰਮੈਂਸ ਲਈ। ਤੇ ਕਿੱਦਾਂ ਦਾ ਲੱਗ ਰਿਹਾ, ਕਿੱਦਾਂ ਦਾ ਫੀਲ ਹੋ ਰਿਹਾ? ਬਹੁਤ ਵਧੀਆ ਫੀਲ ਹੋ ਰਿਹਾ। ਪੂਰਾ ਇੰਜੋਏ ਕੀਤਾ ਫਿਰ ਭੰਗੜੇ ਨੂੰ ਗਿੱਧੇ ਨੂੰ? ਹਾਂਜੀ। ਅੱਜ ਜਗ ਜੋਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਸੇਧ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ, ਜਿਨ੍ਹਾਂ ਵਿੱਚ ਸਾਡੇ ਸਕੂਲ ਦੇ ਡਾਇਰੈਕਟਰ ਸਰਦਾਰ ਇਕਬਾਲ ਸਿੰਘ ਚੀਮਾ ਜੀ, ਚੇਅਰਮੈਨ ਹਰਵਿੰਦਰਪਾਲ ਸਿੰਘ ਚੀਮਾ ਜੀ, ਪ੍ਰਿੰਸੀਪਲ ਮੈਮ ਡਾਕਟਰ ਸਮਿਤਾ ਜੀ ਤੇ ਸਮੂਹ ਸਟਾਫ ਮੈਂਬਰ, ਜਿਨ੍ਹਾਂ ਨੇ ਆਪਣੀ ਪੂਰੀ ਸ਼ਮੂਲੀਅਤ ਦੇ ਸਦਕਾ ਇਸ ਫੰਕਸ਼ਨ ਨੂੰ ਸਿਰੇ ਚੜ੍ਹਾਇਆ। ਸੋ ਤੀਆਂ ਦਾ ਤਿਉਹਾਰ ਜੋ ਕਿ ਪੰਜਾਬ ਦੇ ਵਿੱਚ ਪੰਜਾਬ ਦੀਆਂ ਧੀਆਂ ਨਾਲ ਤੇ ਨਵੀਆਂ ਵਿਆਹੀਆਂ ਵਹੁਟੀਆਂ ਨਾਲ ਸੰਬੰਧ ਰੱਖਦਾ ਹੈ। ਤੀਆਂ ਦਾ ਤਿਉਹਾਰ ਸਾਵਣ ਮਹੀਨੇ ਮਨਾਇਆ ਜਾਂਦਾ ਹੈ। ਤੀਆਂ ਦੇ ਤਿਉਹਾਰ ਦੇ ਵਿੱਚ ਕੁੜੀਆਂ ਗਿੱਧੇ ਵਿੱਚ ਜਾ ਕੇ ਗਿੱਧਾ ਪਾਉਂਦੀਆਂ ਹਨ ਤੇ ਚਰਖੇ ਕੱਤਦੀਆਂ ਹਨ। ਸੋ ਤੀਆਂ ਦੇ ਤਿਉਹਾਰ ਦੇ ਵਿੱਚ ਬਹੁਤ ਹੀ ਸਾਰੇ ਜਿਵੇਂ ਕਿ ਆਪਣੇ ਸਾਡੇ ਦੇਸੀ ਪਕਵਾਨ ਖੀਰ ਪੂੜੇ ਆਦਿ ਪਕਾਏ ਜਾਂਦੇ ਹਨ। ਸੋ ਅੱਜ ਦੇ ਸਮੇਂ ਵਿੱਚ ਆਪਾਂ ਅਗਰ ਦੇਖੀਏ ਤੋ ਤੀਆਂ ਦਾ ਤਿਉਹਾਰ ਮਹਿਜ ਇੱਕ ਫੋਰਮੈਲਿਟੀ ਹੀ ਬਣ ਕੇ ਰਹਿ ਗਿਆ, ਚਾਹੇ ਸਕੂਲਾਂ ਦੇ ਵਿੱਚ ਹੋਵੇ, ਚਾਹੇ ਕਾਲਜਾਂ ਦੇ ਵਿੱਚ, ਚਾਹੇ ਯੂਨੀਵਰਸਿਟੀਆਂ ਦੇ ਵਿੱਚ, ਕਿਉਂਕਿ ਅਸੀਂ ਆਪਣੀ ਵਿਰਾਸਤ ਨੂੰ ਇੰਨਾ ਭੁੱਲਦੇ ਜਾ ਰਹੇ ਹਾਂ। ਇਹਦਾ ਮੇਨ ਕਾਰਨ ਆ ਹੈ ਕਿ ਅਸੀਂ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੇ ਹਾਂ। ਸੋ ਜਦੋਂ ਤੱਕ ਸਾਡੀਆਂ ਜੜ੍ਹਾਂ ਆਪਣੇ ਸੱਭਿਆਚਾਰ ਵਿਰਾਸਤ ਨਾਲ ਜੁੜੀਆਂ ਰਹਿਣਗੀਆਂ, ਚਾਹੇ ਅਸੀਂ ਕਿਸੇ ਵੀ ਸੱਭਿਆਚਾਰ ਦੇ ਵਿੱਚ ਚੱਲ ਜਾਈਏ, ਸਾਡੇ ਸੱਭਿਆਚਾਰ ਦਾ ਚਾਹੇ ਸੱਭਿਆਚਾਰੀਕਰਨ ਹੋ ਜਾਏ, ਪਰ ਫਿਰ ਵੀ ਅਸੀਂ ਅਗਰ ਸਾਡੀਆਂ ਜੜ੍ਹਾਂ ਮਜ਼ਬੂਤ ਹਨ ਤਾਂ ਅਸੀਂ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਾਂਗੇ। ਸੋ ਦੇਖੋ ਜੀ, ਸੱਭਿਆਚਾਰ ਭੁੱਲਣ ਦਾ ਮੇਨ ਕਾਰਨ ਹੈ ਇੱਕ ਤਾਂ ਸਮੇਂ ਦਾ ਬਦਲਾਵ। ਸੋ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਸਹਿਨਸ਼ੀਲਤਾ ਦੀ ਕਮੀ ਆ। ਅਸੀਂ ਚਾਹੁੰਦੇ ਹਾਂ ਕਿ ਜੋ ਸਾਡੀਆਂ ਪੁਰਾਣੀ ਵਿਰਾਸਤ ਆ ਉਹ ਸਾਡੇ ਦਾਦਿਆਂ ਪੜਦਾਦਿਆਂ ਤੱਕ ਹੀ ਸੀਮਤ ਰਹਿ ਗਈਆਂ। ਸੋ ਅੱਜ ਦੀ ਜਿਹੜੀ ਪੀੜ੍ਹੀ ਆ ਖਾਸ ਕਰ ਮੋਬਾਈਲ ਫੋਨ ਯੂਜ਼ ਕਰਦੀ ਆ, ਉਹਦੇ ਕਾਰਨ ਮੇਨ ਕਾਰਨ ਵੱਡਾ ਕਾਰਨ ਆਹੀ ਹੈ ਕਿ ਉਹਨਾਂ ਨੂੰ ਸੱਭਿਆਚਾਰ ਤੋਂ ਦੂਰ ਹੋਣੇ ਪੈ ਰਿਹਾ, ਕਿਉਂਕਿ ਅਸੀਂ ਪਹਿਲੇ ਪਿੰਡਾਂ ਦੇ ਵਿੱਚ ਸੱਥਾਂ ਹੁੰਦੀਆਂ ਸੀਗੀਆਂ, ਸੱਥਾਂ ਦੇ ਵਿੱਚ ਬੈਠ ਕੇ ਸਾਡੇ ਜਿਹੜੇ ਬਜ਼ੁਰਗ ਆ ਉਹ ਸਾਨੂੰ ਆਪਣੇ ਸੱਭਿਆਚਾਰ ਬਾਰੇ ਦੱਸਦੇ ਸੀ ਜਾਂ ਬਾਰਾਂ ਗਾਉਂਦੇ ਸੀ। ਬਟ ਹੁਣ ਅਸੀਂ ਕੀ ਕਰਦੇ ਹਾਂ, ਸਾਡੀ ਦਾਦੀ ਮਾਤਾ ਹੈ, ਚਾਹੇ ਅਸੀਂ ਵੀ ਉਹਨਾਂ ਨੂੰ ਕਹਿੰਦੇ ਪੁੱਤਰ, ਚਾਹੇ ਬੱਚੇ ਦੀ ਮਾਂ ਹੈ ਉਹ ਵੀ ਕਹਿੰਦੀ ਕਿ ਬੱਚੇ ਨੂੰ ਜੇ ਚੁੱਪ ਕਰਾਉਣਾ ਤਾਂ ਬੱਚੇ ਪੁੱਤਰ ਫੋਨ ਲੈ ਲਾ ਮੈਨੂੰ ਕੰਮ ਕਰਨ ਦੇ। ਸੋ ਕਾਰਨ ਸਾਡੇ ਆਹੀ ਆ, ਨਿੱਕੇ ਨਿੱਕੇ ਕਾਰਨ ਸਾਡੇ ਵੱਡੇ ਕਾਰਨ ਜਦੋਂ ਬਣ ਜਾਂਦੇ ਆ, ਬੱਚਾ ਸਾਡਾ ਸੱਭਿਆਚਾਰ ਭੁੱਲਦਾ ਆ ਤਾਂ ਉਹ ਸਾਡੇ ਲਈ ਇੱਕ ਖਤਰਨਾਕ ਚੀਜ਼ ਆ। ਨਿੱਕੇ ਬੱਚਿਆਂ ਦੇ ਵਿੱਚ ਜ਼ਿਆਦਾ ਸਾਨੂੰ ਉਤਸ਼ਾਹ ਦੇਖਣ ਨੂੰ ਮਿਲਿਆ, ਕਿਉਂਕਿ ਜਿਹੜੇ ਨਿੱਕੇ ਬੱਚੇ ਆ ਇੱਕ ਪਰਮਾਤਮਾ ਦਾ ਰੂਪ ਮੰਨੇ ਜਾਂਦੇ ਆ। ਸੱਚ ਦੇ ਵਿੱਚ ਅਸੀਂ ਅੱਜ ਪਰਮਾਤਮਾ ਦਾ ਰੂਪ ਹੀ ਦੇਖਿਆ, ਕਿਉਂਕਿ ਬੱਚਿਆਂ ਦੀ ਪਰਫਾਰਮੈਂਸ ਹੈ ਉਹ ਇੱਕ ਟੀਚਰ ਸਾਹਿਬ ਨੇ ਤਾਂ ਇੱਕ ਆਈਡੀਆ ਦੇਣਾ ਕਿ ਬੱਚੇ ਇੱਦਾਂ ਕਰਨਾ, ਜੋ ਤਿਆਰ ਕਰਨਾ ਆ ਉਹ ਬੱਚਿਆਂ ਦੇ ਹੱਥ ਹੁੰਦਾ। ਸੋ ਬੱਚਿਆਂ ਨੂੰ ਆਪਾਂ ਕਿਉਂਕਿ ਜੇ ਨਿੱਕੇ ਬੱਚੇ ਸਿੱਖਣਗੇ ਗਾਂਹ ਵੱਡੇ ਹੋ ਕੇ ਸਮਾਜ ਨੂੰ ਸੇਧ ਦੇਣਗੇ, ਆਪਣੇ ਸੱਭਿਆਚਾਰ ਬਾਰੇ ਜਾਂ ਅਗਾਂਹ ਜਾ ਕੇ ਦੱਸਣਗੇ। ਦੇਖੋ ਜੀ, ਟੀਚਰਾਂ ਦਾ ਕੰਮ ਹੀ ਆਹੀ ਹੁੰਦਾ ਹੈ ਕਿ ਟੀਚ ਕਰਨਾ, ਸਮਾਜ ਨੂੰ ਸੇਧ ਦੇਣੀ ਆ।
टीचर ने अपने आप नूं पता नहीं किन्ना क मेहनत कीती आ जां दिन रात इक कीता आ, क्योंकि जदों असीं किसे नूं सिखाणा हुंदा आ ना, सानूं अपने उस करैक्टर दे विच जाणे पैंदा आ। जदों तक असीं करैक्टर दे विच नहीं जाणे आ, असीं उह चीज़ नूं फील नहीं कर सकदे। सो टीचरां दा हार्डवर्क आ, असीं सारे टीचरां ने मिल के जिन्हां ने कीता उन्हां दा दिलों धन्नवाद करदे हाँ कि उन्होंने बच्चों थोड़े देर, क्योंकि असीं 10 या मैक्सीमम 10 दिन दे विच बच्चों सारा तैयार करवाया आ। बोल दिया कोला किते बोल देने मोरनी, बोल दिया कोला किते बोल देने मो, ना चलो सही होनी कल होना किते होरनी, ना चलो सही होनी कल होना किते, ना चलो सही होनी कल होना किते होरनी। थैंक यू। आज जगज्योति पावर स्कूल उस्मान शहीद दे विद्यार्थियों ने तीहों तीहों का त्यौहार बड़े जोश से उलंघ नाल मनाया है। मैं डायरेक्टर इकबाल सिंह इन सारे बच्चों जिन्होंने इस स्कूल भाग लिया है, मैं सारे बहुत धन्यवादी हाँ। परमात्मा अगे एक अरदास करता हाँ कि ये बच्चे आने वाले समय से इस तरह जिदा खुशी करे, खुशी जीवन सारा बतीत कर। ये त्यौहार साढ़े पंजाब का कुतियाँ का सवाल बड़ा प्रसिद्ध त्यौहार है, सावन महीना त्यौहार है। बड़े कुड़ियाँ वारिया कुड़ियाँ बहिया कुड़ियाँ बड़े प्यार सत्कार पूरे जोश न इस त्यौहार मना अपनी खुशी का प्रगटावा कर दें, क्योंकि पुराने समय में खुशी प्रगट करने का होर कोई साधन नहीं सी। ये मनाया हुंदा सी इत्थे आ के लोग बीबियां कुड़ियां अपने बाहर जाके सावन महीने च बाहर जदों जांदियां सी अपने तो जाके मनांदियां सी, वो बड़ा अपना खुशी का प्रगटावा कर दियां ते अपने मां दे जो उमंगा सी वो कर दियां। कुआरियां कुड़ियां अपने वर दी कामना करदियां सन, अते जो विआहियां हन वो अपने पति दी लंबी उम्र अते चंगे जीवन दी अरदास करदियां। मैं ये सारे समय दे विच जो देखिया हर आइटम एक तो एक वध के सी, बहुत वधिया आइटम कीती है। मैं सारे टीचर साहबान जिन्होंने प्रोग्राम तैयार कराया उन्होंने, मैडम प्रिंसीपल का, चलो उधर थोड़ा भी जिन्हें काम किया, मैं सारे बड़ा थोड़ा भी। सर जिथे देखने मिल रहा है कि अजक आप अपनी संस्कृति को छड़ी जाने पिछोकड़ तो लांबे हो जाने, तुम होर की संदेश देना चाहोगे? मैं यो कहूँगा बेटा कि साड़ी सभ्यता ये पुरानी है, बहुत वधिया सभ्यता है। ये साढ़े जो त्यौहार हैं साढ़े उस सभ्यता के अनुसार मनाए जाते हैं, जो साढ़े अभी सभ्यता पुर रहे हैं। अभी मैं जगज्योति स्कूल देख के इन्हें जो अपने प्रोग्राम पेश किया, जो इन्होंने अपने अपने सभ्याचार आइटम पेश कि सारिया झाकियां रखिया ने उन्होंने, वो झाकियां देख के मैं अपनी सभ्यता पंजाब सभ्यता की याद आ गई कि वाकई ये इतना होना चाहिए। हर पासे उन्हें लोहड़ी के त्यौहार इतने देखो, हर पासे इन्होंने वधिया काम किया, ये साड़ी सभ्यता को अगे लियाउण दा साधन है। मैं बच्चों नूं इहो ही कहांगा अपनी पंजाबी सभ्यता नूं अपनाउण अते इहनूं अगे लिया के अपना जिहड़ा उह लियाउण, इह साडा मेरा उन्नत उद्देश। सर जिहड़ा छोटे छोटे बच्चों नूं देखिया कि उन्हां च बहुत जोश, उन्हां नूं बहुत तैयारी करवाई गई, छोटे छोटे बच्चों ने बहुत वधिया प्रोग्राम कीता। उन्हां बच्चों नूं देखो, वह बच्चों की खुशी है, वह बच्चों ने अपने कोई उन्होंने संघ नहीं कोई प्रकार ने उन्हें जो उन्होंने दिल की अमान सी उन्हें बड़ी खुशी ना तो खुल के अपने को दिखता। तो मैं उन्हें सारे बच्चों ने बहुत धन्यवाद दिया जिन्हें अपने मन की चाह बड़े चंगे तरीके ने की। हाँ जी, मैं प्रिंसिपल जगज्योति पब्लिक सीनियर सेकेंडरी स्कूल, आज हम सभी इकट्ठे होकर तीज का फेस्टिवल ऑर्गेनाइज कर रहे हैं, तो बच्चों ने बहुत ही अच्छी आइटम्स ऑर्गेनाइज की जिसके लिए हमारे पुराने कल्चर को उन्होंने उजागर किया है कि जैसे हमारा पुराना कल्चर था शिव और पार्वती जी का पूर्ण मिलन, और ये तीज का जो त्यौहार है हर श्रवण मास में मनाया जाता है। जो कुंवारी कन्याएं होती हैं वो अपने बर की कामना करती हैं, और जो विवाहित औरतें होती हैं वो अपने पति की लंबी आयु के लिए इसको मनाती हैं ये, और जो न्यूली मैरिड होती हैं लड़कियां वो अपने मायके जाती हैं और उनको तरह तरह के कई तरह के पकवान पींगे छूटना जैसे कई तरह के वो करती हैं, तो इसी त्यौहार को मनाती हैं वो। मैम जिदा साढ़े लोग अपनी सभ्यता अपने सभ्याचार भुलते जा रहे हैं, उन्होंने की संदेश देना चाहूँगा? मैं उनको यही संदेश देना चाहती हूँ कि जो अपना पुरानी सभ्यता को भूल रहे हैं वो अपने सभ्यता को, जो न्यूली अपने वेस्टर्न कल्चर को छोड़ के अपने जो पुरानी सभ्यता है उसके रूल्स और रेगुलेशन जो उनके हैं मर्यादा है उसको बनी हुई है। जैसे गिद्दे की आइटम है, गिद्दे में गिद्दे की पोशाक जो लड़कियाँ डालती हैं
लाचा है वो, और जो सूट डाला जाता है, ये हमारे पंजाबी कल्चर को उजागर करती है। तो मैं सभी को यही कहूंगी कि अपने पंजाबी कल्चर को वो अपनाएं और जो वेस्टर्न विदेशी जो कल्चर है उसको छोड़ दें। मेरा विचार यही है कि जो बच्चे होते हैं कल का भविष्य है वो, इसलिए उनको अच्छी से अच्छी क्वालिटी देनी चाहिए ताकि वो बच्चे अच्छे से अच्छे संस्कार प्राप्त कर सके, अपने बुजुर्गों का आदर कर सके और अच्छी से अच्छी अपनी शिक्षा ग्रहण कर सके और उनका जो टैलेंट होता है वो बाहर निकल सके, वो अच्छे से अच्छे मतलब गुण पैदा कर सके। मैम जेडे बच्चे की फोना च ही रेंदे, अजकल टेक्नोलॉजी का जमाना बहुत ज्यादा, बच्चे आ जेडे फोना ते अपना टाइम स्पेंड करते हैं तो ये चीजा नू खेडा नू या अपने पुराने सभ्याचार सभ्यता नू बिल्कुल भुल चुके हैं, तुसी उहनां नू की संदेश देना? मेरा यही संदेश है, जो फोन है आज के युग में, आज जो लॉकडाउन हुआ था तो फोन की फैसिलिटीज बच्चों को दी गई जिससे बच्चों का काफी नुकसान हुआ है, तो मैं उन बच्चों को यही कहूंगी कि आप बेटा अपने फोनों को छोड़ के, फोन को छोड़ के अपने पुराने कल्चर को, अपने दादी माँ नानी माँ के पास बैठ के अपने पुराने कल्चर की कहानियां सुनो ताकि आपको अपने कल्चर के बारे में पता चल सके और अच्छे से अच्छी शिक्षा प्राप्त कर सके। मैम छोटे छोटे बच्चे ने जेड़ा इतना बढ़िया कंपटीशन किया या बढ़िया परफॉर्मेंस किया उन्होंने की कहना चाहूंगी? मैं उन बच्चों को बहुत बहुत प्यार भी देती हूँ और जो टीचर्स ने जिन्होंने करवाया है और उन बच्चों ने अपना पूरा उत्साह लगाया है उनको मैं बधाई भी देती हूँ और उसको मैं आगे ये कहती हूँ कि और भी ज्यादा वो प्रोग्रेस करें, प्रगति करें। थैंक यू। थैंक यू मैम।